ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਅੱਜ ਪੰਜਾਬ ਦੇ ਵਿੱਚ
ਮਾਲੀ ਪਾਰਟੀ ਦੀ ਚੋਣ ਦੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਆ ਜਾਂ ਫਿਰ ਜਿੱਤ ਗਾਵਾਂਗੇ ਜਿਨ੍ਹਾਂ ਨੂੰ ਲੋਕਾਂ ਨੇ ਝਾੜੂ ਨਹੀਂ ਰੈਂਬੋ ਫੇਰਤਾ ਜੀ ਪੋਚੇ ਮਾਰਦੇ ਇਹਨਾਂ ਦੀਆਂ ਦੂਜੀਆਂ ਪਾਰਟੀਆਂ ਦੇ ਜਿਹੜੇ ਅੱਜ ਤੱਕ ਕਹਿੰਦੇ ਹੁੰਦੇ ਸੀ ਕਿ ਸਾਨੂੰ ਕੋਈ ਹਰਾ ਨਹੀਂ ਸਕਦਾ ਉਹਨਾਂ ਨੇ ਲੋਕਾਂ ਨੇ ਅੱਜ ਵਿਖਾ ਤਾ ਕਿ ਅਸੀਂ ਜੇ ਲੋਕ ਚਾਹੁਣ ਤੇ ਲੀਡਰ ਫਰਸ਼ਾਂ ਦੇ ਹੁੰਦੇ ਆ ਤਾਂ ਫਰਸ਼ਾਂ ਤੇ ਲਿਆ ਸਕਦੇ ਆ ਅੱਜ ਲੋਕਾਂ ਨੇ ਉਹਨਾਂ ਲੀਡਰਾਂ ਨੂੰ ਜਿਹੜੇ ਅਰਸ਼ਾਂ ਤੇ ਫਰਸ਼ਾਂ ਤੇ ਲਿਆ ਦਿੱਤਾ ਜਿਹੜੀਆਂ ਵੱਡੀਆਂ ਵੱਡੀਆਂ ਸੀਟਾਂ ਸੀ ਜਿਵੇਂ ਕੈਪਟਨ ਲਾ ਲਓ ਅਮਰਿੰਦਰ ਸਿੰਘ ਦੀ ਬੋਬੀ ਸੋਨੀ ਦੀ ਸੁਖਬੀਰ ਬਾਦਲ ਦੀ ਸਿੱਧੂ ਦੀ ਮਜੀਠੀਏ ਦੀ ਇਹ ਬਹੁਤ ਵੱਡੀਆਂ ਜਿਹੜੀਆਂ ਸੀਟਾਂ ਸੀ ਅੱਜ ਉਹਨਾਂ ਸੀਟਾਂ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਆਮ ਦੇ ਵਲੰਟੀਅਰਾਂ ਨੂੰ ਆਮ ਦੇ ਐਮ ਐਲ ਏ ਦੀ ਜਿੱਤ ਹਾਸਿਲ ਕਰਾਈ ਆ ਇਸ ਤੋਂ ਵੱਧ ਮੈਂ ਕੁਛ ਨਹੀਂ ਕਹਿ ਸਕਦਾ ਕਿ ਜਿੰਨੀ ਵੱਡੀ ਅੱਜ ਪੰਜਾਬ ਦੀ ਜਿੱਤ ਹੋਈ ਆ ਇਹ ਪੰਜਾਬੀਅਤ ਦੀ ਜਿੱਤ ਹੋਈ ਆ ਇੰਨਾ ਹੀ ਕਹਿੰਦਾ ਹੋਇਆ ਲੋਕਾਂ ਦਾ ਧੰਨਵਾਦ ਆਮ ਪਾਰਟੀ ਦੇ ਸਾਰੇ ਜਿਹੜੇ ਵੀ ਵਰਕਰ ਨੇ ਜਾਂ ਸਾਡੇ ਪ੍ਰਧਾਨ ਨੇ ਉਹਨਾਂ ਦਾ ਸ਼ੁਕਰੀਆ ਕਰਨਾ ਚਾਹਾਂਗਾ ਜੀ ਇੰਨੀ ਮਿਹਨਤ ਕੀਤੀ ਉਹਨਾਂ ਨੇ ਮਿਹਨਤ ਕਰਕੇ ਉਸ ਤੋਂ ਇਲਾਵਾ ਮੈਂ ਜਿਹੜੇ ਵੋਟਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਦਿਲੋਂ ਵੋਟ ਪਾਈ ਹੈ ਅਤੇ ਆਮ ਪਾਰਟੀ ਨੂੰ ਜਿਤਾ ਜਿਤਾਇਆ ਹੋਇਆ ਉਹਨਾਂ ਨੇ ਇੱਕ ਨਵਾਂ ਇਨਕਲਾਬ ਲਿਆਂਦਾ ਅਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੋਟਰਾਂ ਦਾ ਅਤੇ ਲੀਡਰ ਸਾਹਿਬਾਨ ਨੂੰ ਮੈਂ ਅਪੀਲ ਕਰਾਂਗਾ ਜਿਸ ਤਰ੍ਹਾਂ ਲੋਕਾਂ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਵੀ ਉਸ ਤਰ੍ਹਾਂ ਧੰਨਵਾਦ ਕਰਨਾ ਉਹਨਾਂ ਦਾ ਕੰਮ ਕਰੀਏ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਹੀ ਕਰੀਏ ਜਿਹੜੀਆਂ ਆਮ ਪਾਰਟੀਆਂ ਦੀ ਜਿੱਤ ਜਿੱਤ ਗਈਆਂ।